E79B2 ਅਤੇ ਆਮਜ਼ਾਈ। ਇਹ ਹੈਗਾ ਇੱਕ ਹਨੀ ਟ੍ਰੈਪਿੰਗ ਦਾ ਕੇਸ। ਇਹਦੇ ਵਿੱਚ ਜਿਹੜਾ ਮਦਈ ਹੈਗਾ ਗੁਰਜਨ, ਇਹਦਾ ਕਹਿਣਾ ਸੀ ਕਿ ਇੱਕ ਲੜਕੀ ਹੈ ਜਿਹੜੀ ਸਾਡੀ ਦੋਸ਼ਨ, ਅਸੀਂ ਉਹਨੂੰ ਆਲਰੇਡੀ ਅਰੈਸਟ ਕੀਤਾ ਹੋਇਆ ਤਾਜਕ੍ਰਿਤ। ਤਾਂ ਕਹਿਣਾ ਸੀ ਕਿ ਉਹਦੇ ਨਾਲ ਉਹਨੇ ਇਨ ਟੱਚ ਆਈ ਔਨ ਇੰਸਟਾਗ੍ਰਾਮ, ਉਹਦੇ ਨਾਲ ਨਜ਼ਦੀਕੀਆਂ ਵਧਾਈਆਂ ਐਂਡ ਫਾਈਨਲੀ ਇਹ ਦੋਸ਼ਨ ਦਾ ਨੇ ਉਹਨੂੰ ਰਿਕੁਐਸਟ ਕੀਤਾ ਕਿ ਉਹ ਇੱਕ ਕੌਸ਼ਲ ਕੇਂਦਰ ਵਿੱਚ ਉਹਨੇ ਸਰਟੀਫਿਕੇਟ ਲੈਣਾ ਹੈ ਤੇ ਉਹਦੇ ਨਾਲ ਚੱਲੇ। ਜਦ ਇਹ ਦੋਨੋਂ ਮੋਟਰਸਾਈਕਲ ਤੇ ਜਾ ਕੇ ਫਤਾਪੁਰ ਜਾਂਦੇ ਨੇ, ਉੱਥੇ ਜਿਹੜੇ ਦੋਸ਼ੀ ਨੇ ਇਹ ਲੜਕੀ ਨੂੰ ਘੇਰ ਲੈਂਦੇ ਨੇ ਅਤੇ ਇਹਦੇ ਗਿੱਟੇ ਅਤੇ ਪੈਰ ਤੇ ਫਾਇਰ ਕਰਦੇ ਨੇ। ਇਹਦੀ ਵਜ੍ਹਾ ਰੰਜਿਸ਼ ਇਹ ਹੈਗੀ ਹੈ ਕਿ ਜਿਹੜਾ ਇਹ ਕੰਪਲੇਨੈਂਟ ਹੈ ਇਹ ਆਪਣੇ ਪਿੰਡ ਵਿੱਚ ਇੱਕ ਬਤੌਰ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਦਾ ਤੇ ਜਿਹੜਾ ਇਹਦਾ ਮੇਨ ਦੋਸ਼ੀ ਹੈ ਜੋ ਇਸ ਵੇਲੇ ਅਸੀਂ ਅਰੈਸਟ ਕੀਤਾ ਹੋਇਆ ਗੋਇੰਦਵਾਲ ਸਾਹਿਬ ਜੇਲ੍ਹ ਵਿਖੇ ਹੈ, ਉਹਦਾ ਨਾਮ ਹੈਗਾ ਰਸ਼ਪਾਲ। ਰਸ਼ਪਾਲ ਦੀ ਇਹਦੇ ਨਾਲ ਪੁਰਾਣੀ ਲਾਮਡਾਟ ਸੀ ਤੇ ਰਸ਼ਪਾਲ ਨੇ ਪਲਾਨ ਬਣਾਇਆ ਆਪਣੇ ਇੱਕ ਪੁਰਾਣੇ ਇਨਮੇਟ ਦੋਸਤ ਦੇ ਨਾਲ ਜਿਹੜਾ ਕਿ ਗੋਇੰਦਵਾਲ ਸਾਹਿਬ ਜੇਲ੍ਹ ਕੱਟ ਚੁੱਕਾ ਹੈ, ਕਰਨ ਜਿਹੜੀ ਇਹ ਦੋਸ਼ਨ ਹੈਗੀ ਹੈ ਤਾਜਪ੍ਰੀਤ, ਇਹ ਕਰਨ ਦੀ ਹੀ ਅੱਗੇ ਗਰਲਫ੍ਰੈਂਡ ਹੈ। ਇਹਨਾਂ ਨੇ ਹਨੀ ਟ੍ਰੈਪਿੰਗ ਦਾ ਪਲਾਨ ਬਣਾਇਆ ਤਾਂ ਕਿ ਉਹਨੂੰ ਆਪਣੀ ਰੇਂਜ ਆਫ ਫਾਇਰ ਵਿੱਚ ਲਿਆ ਕੇ ਉਹਦੇ ਨਾਲ ਬਦਲਾ ਲੈ ਸਕੇ। ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਅਰੈਸਟ ਕਰ ਲਏ ਨੇ ਉਹ ਹੈ ਕਿ ਦੋਸ਼ਨ ਜਿਹਨੇ ਹਨੀ ਟ੍ਰੈਪਿੰਗ ਦਾ ਪੂਰਾ ਇਹ ਚਲਾਇਆ, ਤਾਜਪ੍ਰੀਤ ਰੈਜੀਡੈਂਟ ਆਫ ਮਕਬੂਲਪੁਰਾ, ਜਗਰਾਜ ਇਲੀਆ ਸ਼ੁਕਰ ਜਿਹੜਾ ਕਿ ਤਰਨ ਤਾਰਨ ਦਾ ਰਹਿਣ ਵਾਲਾ ਹੈ, ਅਤੇ ਇਹ ਜਿਹੜਾ ਮੁੱਖ ਦੋਸ਼ੀ ਜਿਹਨੇ ਸਾਰਾ ਇਹ ਇੰਸੀਡੈਂਟ ਆਰਕੈਸਟ੍ਰੇਟ ਕੀਤਾ ਰਸ਼ਪਾਲ। ਇਹ ਇੱਥੇ ਦੱਸਣਾ ਚਾਹਾਂਗੀ ਕਿ ਜਿਹੜਾ ਰਸ਼ਪਾਲ ਹੈ ਇਹ ਕਾਫੀ ਹਾਰਡਨਡ ਕ੍ਰਿਮੀਨਲ ਹੈ, ਇਹਦੇ ਖਿਲਾਫ 8 ਤੋਂ 9 ਮੁਕਦਮੇ ਦਰਜ ਨੇ ਅੰਮ੍ਰਿਤਸਰ ਕਮਿਸ਼ਨਰੇਟ, ਅੰਮ੍ਰਿਤਸਰ ਦੇਹਾਤੀ, ਤਰਨ ਤਾਰਨ ਅਤੇ SSOC ਅੰਮ੍ਰਿਤਸਰ ਦੇ ਦੁਆਰਾ ਵੱਖ ਵੱਖ ਸੈਕਸ਼ਨਾਂ ਵਿੱਚ ਵਿਚ ਇੰਕਲੂਡਸ ਆਰਮਸ ਐਕਟ 307, 379B, NDPS ਐਕਟ ਅਤੇ ਡਕੈਤੀ ਦੇ ਵੱਖ ਵੱਖ ਪਰਚੇ। ਮੈਂ ਲੜਕੀ ਉਹਨੂੰ ਇੰਸਟਾਗ੍ਰਾਮ ਤੇ ਮਿਲੀ ਸੀ ਜੀ, ਇਹ ਜਿਹੜਾ ਉਹਦੇ ਬੁਆਏਫ੍ਰੈਂਡ ਸੀ ਲੜਕੀ ਦਾ ਉਹ ਗੋਇੰਦਵਾਲ ਸਾਹਿਬ ਦਾ ਪੁਰਾਣਾ ਜੇਲ੍ਹ ਦਾ ਇਨਮੇਟ ਰਹਿ ਚੁੱਕਾ ਹੈ ਤੇ ਜਿਹੜਾ ਮੁੱਖ ਦੋਸ਼ੀ ਸੀ ਉਹਦੇ ਟੱਚ ਵਿੱਚ ਆਇਆ। ਫਿਰ ਉਹਨੇ ਕਿਹਾ ਕਿ ਉਹ ਆਪਣੀ ਨਾਲ ਜਿਹੜੀ ਲੜਕੀ ਹੈਗੀ ਹੈ ਤਾਜਪ੍ਰੀਤ ਉਹਦਾ ਇਸਤੇਮਾਲ ਕਰੇਗਾ। ਫਿਰ ਤਾਜਪ੍ਰੀਤ ਨੂੰ ਇੰਸਟਰਕਸ਼ਨ ਦਿੱਤੀ ਗਈ ਕਿ ਇਹ ਲੜਕੇ ਦਾ ਜਿਹੜਾ ਇੰਸਟਾਗ੍ਰਾਮ ਪ੍ਰੋਫਾਈਲ ਹੈ ਇਹਨੂੰ ਫੋਲੋ ਕਰ ਕੀਤੇ ਤੇ ਫਿਰ ਐਂਡ ਫਾਈਨਲੀ ਇਹਨਾਂ ਦੀ ਜਿਵੇਂ ਜਿਵੇਂ ਨਜ਼ਦੀਕੀਆਂ ਵਧੀਆਂ ਤਦ ਇਹ ਆਪਣੀ ਇਹਨੂੰ ਲਾਈਨ ਆਫ ਫਾਇਰ ਵਿੱਚ।